ਯਾਰ ਜੀ ਸਰਵਿਸ ਕਰਾ ਲਿਆ। ਅੱਛਾ ਜੀ ਸਰਕਾਰ ਗੱਡੀ ਤੇ ਨਹੀਂ ਆਏ? ਪੈਟਰੋਲ ਹੀ ਮੁੱਕਾ ਯਾਰ। ਅੰਦਰ ਜਾ ਕੇ ਫਿਰ ਹਾਜੀ ਸਾਹਿਬ ਦਾ ਸਿਰ ਪਾੜੋ। ਤੇਰੇ ਹਾਜੀ ਦਾ ਤਾਂ ਮੈਂ ਢਿੱਡ ਵੀ ਪਾੜਾਂਗਾ। ਕਿੱਥੇ ਲੁਕਿਆ ਹਾਜੀ? ਅੰਨਾ ਹੋਇਆ ਮਾਮਾ ਸਾਹਮਣੇ ਤੇ ਬੈਠਾ। ਖੈਰ ਆ ਇੰਨਾ ਫਰੂਟ ਇਕੱਠਾ ਕੀਤਾ ਕਿਤੇ ਦਿਲ ਦਾ ਵਾਲ ਤਾਂ ਨਹੀਂ ਬੰਦ ਹੋ ਗਿਆ ਹਾਜੀ? ਤੂੰ ਸੁਣਾ ਖੈਰ ਨਾ ਆਇਆ? ਤੈਨੂੰ ਕੀ ਮਾਮਾ ਊਂਠ ਨਾਲ ਆਈਏ ਖੈਰ ਨਾਲ ਆਈਏ ਜਾਂ ਕਿਸੇ ਗੈਰ ਨਾਲ ਆਈਏ, ਤੂੰ ਤਾਂ ਇੰਜ ਮਜ਼ੇ ਨਾਲ ਬੈਠਾ ਬਾ ਜਿਵੇਂ ਸੋਨੀ ਰਿਕਸ਼ਨ ਦਾ ਮਾਲਕ ਹੁੰਦਾ। ਮੈਨੂੰ ਜੁਗਤਾ ਮਾਰੀ ਜਾਣਾ, ਕਦੀ ਮੂੰਹ ਵੱਲ ਵੇਖਿਆ ਈ? 750 ਵਾਲਾ ਬਾਉਂਡ ਹੁੰਦਾ ਈ। ਵਾਹ ਬਈ ਹਾਜੀ ਬੜਾ ਤੇਜ਼ ਹੋਇਆ, ਉਹ ਅੱਜ ਕੱਲ ਕਿਤੇ ਮਰਾਸੀਆਂ ਨਾਲ ਤਾਂ ਨਹੀਂ ਉੱਠਣ ਬੈਠਣ? ਬੜਾ ਗੁੱਸੇ ਚ ਸਾਰੇ ਰਾਹ ਕੀ ਊਂਠ ਨੂੰ ਧੱਕੇ ਲਾਉਂਦਾ ਆ। ਆ ਜਾ ਬਹਿ ਜਾ। ਅੱਛਾ ਹੁਣ ਦੱਸ ਕੀ ਕਹਿਣਾ ਚਾਹੁੰਦਾ ਤੂੰ? ਕਹਿਣਾ ਮੈਂ ਘਟਾ ਅੱਗੇ ਇੰਨੀ ਮਹਿੰਗਾਈ ਆ, ਪੈਟਰੋਲ ਤੂੰ ਹੋਰ ਵਧਾਤਾ, ਉਹ ਇਹਦੀ ਵਜ੍ਹਾ ਕੀ ਆ? ਮਹਿੰਗਾ ਤੇ ਹੋਣਾ ਹੀ ਆ, ਪਰਸੋਂ ਤੇ ਮੈਂ 6ਵਾਂ ਵਿਆਹ।